ਕਣ ਤੇ ਜੂ ਨਹੀਂ ਛਰਕੀ, ਇਹੋ ਜਿਹਾ ਘਟੀਆ ਪ੍ਰਸ਼ਾਸਨ ਕਿੱਥੋਂ ਲੱਭ ਲਓਗੇ ਤੁਸੀਂ? ਹੁਣ ਤਾਂ ਸਾਨੂੰ ਪ੍ਰਸ਼ਾਸਨ ਤੇ ਕਾਨੂੰਨਾਂ ਤੇ ਯਕੀਨ ਨਹੀਂ ਰਿਹਾ। ਸੁਪਰੀਮ ਕੋਰਟਾਂ ਦੇ ਜੱਜ, ਹਾਈ ਕੋਰਟਾਂ ਦੇ ਜੱਜ ਵਿਖ ਰਹੇ ਆ। ਕਾਰਨ, ਹਾਈ ਕੋਰਟਾਂ ਦੇ ਸੁਪਰੀਮ ਕੋਰਟਾਂ ਦੇ ਜੱਜ ਉਹ ਜਿਨ੍ਹਾਂ ਨੇ ਉਹਦੀ ਰਿਟਾਇਰਮੈਂਟ ਹੁੰਦੀ ਆ, ਉਸ ਤੋਂ ਬਾਅਦ ਹੀ ਉਹ ਰਾਜ ਸਭਾ ਦੇ ਮੈਂਬਰ ਲਿਆ ਜਾਂਦਾ। ਯਾਨੀ ਰਾਜ ਸਭਾ ਵਿੱਚ ਭੋਗ ਰਹੀਆਂ ਸਤਾ ਦੇ ਮਾਲਕ ਉਹ ਜੱਜਾਂ ਨੂੰ ਵੀ ਵਰਤ ਰਹੇ ਆ। ਕਾਨੂੰਨ ਦੀ ਤੁਸੀਂ ਇਨਸਾਫ਼ ਦੀ ਕਿੱਥੋਂ ਆਸ ਰੱਖ ਲਓਗੇ? ਇਹ ਤਾਂ ਸੰਘਰਸ਼ ਵਿਟਿਆ ਗਿਆ। 10 ਮੈਂਬਰੀ ਕਮੇਟੀ ਦਾ ਫੈਸਲਾ, ਨਗਰ ਦਾ ਸਹਿਯੋਗ ਆ, ਹੋਰ ਵੀ ਸਹਿਯੋਗ ਅਸੀਂ ਮੰਗਦੇ ਹਾਂ ਕਿ ਲਗਾਤਾਰ ਹੁਣ ਚੱਲ ਰੋ ਜਿੰਨਾ ਚੱਕ ਇਹ ਕਾਤਲ ਜਿਹੜੇ ਬੰਦੇ ਆ, ਜਿਨ੍ਹਾਂ ਦੇ ਕਾਰਨ ਇਹ ਡਿਸਪ੍ਰੈਸ਼ਨ ਬੈਕ ਆ ਕੇ ਇੱਕ ਬਿਮਾਰੀ ਕਿਹਨੂੰ ਨਹੀਂ ਹੈ? ਇਹ ਮੈਨੂੰ ਪੁਲਿਸ ਵਾਲੇ ਦੱਸ ਰਹੇ, ਇਹਨਾਂ ਨੂੰ ਨਹੀਂ ਹੈ? ਸਾਰੇ ਸ਼ੂਗਰ ਦੀਆਂ ਡਿਪਰੈਸ਼ਨ ਦਵਾਈਆਂ ਲੈਂਦੇ, ਕੀ ਮਰ ਗਏ ਇਹ? ਕੀ ਸ਼ੂਗਰਾਂ ਬੰਦਾ ਮਰ ਜਾਂਦਾ? ਸ਼ੂਗਰ ਤਾਂ ਮੈਨੂੰ ਵੇਖਿਆ ਕਿਵੇਂ ਮਰ ਗਿਆ। ਪਰ ਸਦਰੋਂ ਗੱਲ ਇਹ ਆ, ਜਦੋਂ ਬਿਮਾਰੀਆਂ ਲੱਗੀਆਂ ਹੋਣ ਉੱਥੋਂ ਡਿਪਰੈਸ਼ਨ ਹੋ ਜਾਏ ਤਾਂ ਉਹ ਮਾਰਨ ਦਾ ਕਾਰਨ ਬਣ ਜਾਂਦਾ। ਇਹਦਾ ਕਾਰਨ ਇੱਕ ਹੈ ਕਿ ਸਾਹਮਣੇ ਦੁਕਾਨ ਨੱਪੀ, ਨਾ ਉਹਦਾ ਕਿਰਾਇਆ ਦਿੱਤਾ, ਉੱਥੋਂ ਇੱਕ ਪਰਦਾ ਪੁਲਿਸ ਨੇ ਦਰਜ ਕਰਤਾ, ਉੱਥੋਂ ਇੱਕ ਪਰਦਾ ਇੱਕ ਕੇਸ ਹੋਰ ਵੀ ਕਰਿਆ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਕਿਉਂਕਿ ਵਕੀਲਾਂ ਦੀਆਂ ਫੀਸਾਂ ਭਰਨੀਆਂ, ਵੀ ਥਾਲਾ ਜੀ ਦਾ ਵਾਰਾ ਨਹੀਂ, 35-40 ਲੱਖ ਰੁਪਏ ਚੰਗੇ ਵਕੀਲ ਲੈਂਦੇ ਆ, ਮਾੜੇ ਵਕੀਲ ਇੱਥੇ ਕੇਸ ਹਰਾ ਦਿੰਦੇ ਆ। ਪਰ ਇਹ ਮਾਲੀ ਹਾਲਤ ਨੂੰ ਵੇਖਦੇ ਹੋਏ ਉਹ ਹੋਰ ਵੀ ਡਿਪਰੈਸ਼ਨ 'ਚ ਆ ਗਿਆ। ਰਿਸ਼ਤੇਦਾਰਾਂ ਨੇ ਚੱਕਿਆ, ਚੰਡੀਗੜ੍ਹ ਲੈ ਕੇ ਰੁਲ ਗਿਆ, ਨੌਜਵਾਨ ਟੱਪਰ ਉਹ ਵੀ ਰੁਲ ਗਿਆ। ਇਹ ਸਾਡਾ ਪਰਿਵਾਰ ਹਮਦਰਦੀ ਮੰਗਦਾ, ਜਿਹਦੀ ਲੋਕ ਥਾਣੇ ਮੂਹਰੇ ਪਈ ਆ, ਚੀਕ ਚੀਕ ਕੇ ਕਹਿ ਰਹੀ ਆ ਕਿ ਇਨਸਾਫ ਨਾ ਮਿਲਣ ਕਾਰਨ ਮੈਂ ਮਰ ਗਿਆ। ਇਹ ਇਨਸਾਫ ਲੈਣਾ ਹੈ, ਤੁਹਾਡੇ ਇਕੱਠ ਨੇ ਲੈਣਾ ਹੈ। ਇੱਥੋਂ ਇਕੱਠ ਵਧਾਓਗੇ, ਡਿਪਰੈਸ਼ਨ ਦੇ ਵਿੱਚ ਪੁਲਿਸ ਆਊਗੀ, ਤਾਂ ਫਿਰ ਹੀ ਸਾਡਾ ਕੁਛ ਬਣਨਾ, ਇਹਦੇ ਬਗੈਰ ਕੁਛ ਬਣਨਾ ਨਹੀਂ। ਮੈਂ ਸਾਰੇ ਸਾਥੀਆਂ ਧੰਨਵਾਦ ਕਰਦਾ ਜਿਨ੍ਹਾਂ 10 ਮਿੰਟ ਕਮੇਟੀ ਨੇ ਫੈਸਲਾ ਕੀਤਾ ਕਿ ਇਹ ਧਰਨਾ ਲਗਾਤਾਰ ਚਾਲੂ ਰਹੂਗਾ, ਉਹਨਾਂ ਚੱਕ ਰਹੂਗਾ ਜਿੰਨਾ ਤੱਕ ਕਾਤਲਾਂ ਨੂੰ 306 ਦੀ ਧਾਰਾ ਲਾ ਕੇ ਅੰਦਰ ਨਹੀਂ ਕੀਤਾ ਜਾਂਦਾ। ਸਾਨੂੰ ਵੀ ਪਤਾ ਕਿੰਨੀਆਂ ਧਰਾਵਾਂ ਲੱਗਦੀਆਂ, ਜੋ ਕਿ 20-25 ਸਾਲ SSP ਦਫ਼ਤਰ ਰਹਿ ਕੇ ਕੰਮ ਦੀਆਂ ਚਲਾ ਕੇ ਅਸੀਂ SSO ਲਾ ਗਿਆ ਸਾਨੂੰ। ਹਾਂਜੀ ਸਰ, ਜਿਹੜਾ ਅੱਜ ਯਾਦਵਿੰਦਰ ਸਿੰਘ ਰਿੱਕੀ ਦਾ ਵੀ ਮੌਤ ਹੋਈ, ਉਸ ਸੰਬੰਧ ਵਿੱਚ ਕੀ ਕਹਿਣਾ ਜੀ ਆਪਣਾ? ਇਸ ਤਰ੍ਹਾਂ ਜੀ, ਬੰਦੀ ਕਲਾਂ ਦਾ ਯਾਦਵਿੰਦਰ ਸਿੰਘ ਸੀਗਾ, ਉਮਰ 37 ਸਾਲ, ਉਹਦੀ ਡੈਥ ਹੋ ਗਈ ਹੈ ਜੀ। ਉਹਦੇ ਪਰਿਵਾਰ ਨੇ ਸਾਨੂੰ ਦੱਸਿਆ ਵੀ ਇਹਦਾ ਦੁਕਾਨ ਦਾ ਝਗੜਾ ਚੱਲਦਾ ਸੀਗਾ ਸ਼ਾਮ ਲਾਲ ਭਾਟੀਆ ਨਾਲ, ਉਹਦੀ ਉਹਨੇ ਮੁਕੱਦਮਾ ਦਰਜ ਕਰਵਾਤਾ ਇਹਨਾਂ ਦੇ ਖਿਲਾਫ਼। ਉਹਦੀ ਵਜ੍ਹਾ ਨਾਲ ਇਹ ਯਾਦਵਿੰਦਰ ਸਿੰਘ ਜਿਹੜਾ ਡਿਪਰੈਸ਼ਨ 'ਚ ਰਹਿਣ ਲੱਗ ਪਿਆ, ਡਿਪਰੈਸ਼ਨ ਕਾਰਨ ਸ਼ੂਗਰ ਹੋ ਗਈ ਅਤੇ ਉਹਦੀ PJV ਇਲਾਜ ਦੌਰਾਨ ਡੈਥ ਹੋ ਗਈ ਹੈ। ਉਹ ਇਹਨਾਂ ਦੇ ਖਿਲਾਫ਼ ਕਾਰਵਾਈ ਕਰਵਾਉਣੀ ਚਾਹੁੰਦੇ ਹਾਂ ਜੀ। ਅਸੀਂ ਬਿਆਨ ਲਿਖ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰ ਰਹੇ ਹਾਂ ਜੀ। ਕਿੰਨੇ ਬੰਦਿਆਂ ਦਾ ਸਰ ਬਰਖਿਲਾਫ਼ ਪਰਚਾ ਹੋਇਆ ਜੀ? ਫਿਲਹਾਲ 2 ਬੰਦਿਆਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਜੀ। ਜੀ, ਕੀ ਨਾਂ ਸਰ ਉਹਨਾਂ ਦੇ? ਸ਼ਾਮ ਲਾਲ ਭਾਟੀਆ ਅਤੇ ਵਰਲਨ ਭਾਟੀਆ। ਠੀਕ ਹੈ ਸਰ, ਅਤੇ ਸਰ ਕਿਹੜੀ ਧਾਰਾ ਲੱਗੀ ਹੈ ਜੀ? 306(34). ਠੀਕ ਹੈ ਸਰ, ਥੈਂਕ ਯੂ।